ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਅੱਜ ਆਪਾਂ ਪੰਜਾਬੀ ਵਿਆਕਰਨ ਨਾਲ ਸੰਬੰਧਿਤ ਕੁਐਸਚਨ ਕਰਾਂਗੇ ਜੀ ਨਾਮ ਦੇ ਨਾਲ ਸੰਬੰਧਿਤ ਸੋ ਇੰਪੋਰਟੈਂਟ ਕੁਐਸਚਨ ਹੈ ਵੀਡੀਓ ਨੂੰ ਐਂਡ ਤੱਕ ਦੇਖਿਓ ਨਾਲ ਦੀ ਨਾਲ ਰਿਕਵੈਸਟ ਹੈ ਜਿਹੜੇ ਕੈਂਡੀਡੇਟ ਪਹਿਲੀ ਵਾਰ ਚੈਨਲ ਦੇ ਉੱਤੇ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਿਆ ਕਰੋ ਤਾਂ ਕਿ ਕੋਈ ਵੀ ਵੀਡੀਓ ਤੁਸੀਂ ਮਿਸ ਨਾ ਕਰੋ ਤੇ ਜੇਕਰ ਆਪਣੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਅੱਗੇ ਲਾਈਕ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਇੱਕ ਦੋ ਬੱਚਿਆਂ ਦੇ ਮੈਨੂੰ ਕਮੈਂਟ ਆਏ ਸੀਗੇ ਮੈਂ ਦੱਸਣਾ ਚਾਹਨਾ ਮਾਂ ਵੀ ਉਹ ਕਹਿੰਦੇ ਆ ਵੀ ਜਿਹੜਾ ਪੰਜਾਬੀ ਦਾ ਦੇ ਕੁਐਸਚਨ ਨੇ ਜਾਂ ਜੀਕੇ ਦੇ ਕੁਐਸਚਨ ਨੇ ਇਹ ਨੇ ਜਿਹੜੇ ਇਨਾ ਪੇਪਰਾਂ ਦੇ ਵਿੱਚ ਨਹੀਂ ਆਉਂਦੇ ਸੋ ਦੱਸਣਾ ਚਾਹੁੰਦੇ ਆ ਕਿ ਜਿਹੜਾ ਲਾਸਟ 5 ਨਵੰਬਰ ਨੂੰ ਸਟਾਫ ਨਰਸ ਦਾ ਐਗਜ਼ਾਮ ਹੋਇਆ ਵਾ ਉਹਦੇ ਵਿੱਚ ਬਕਾਇਦਾ 50 ਕੁਐਸਚਨ ਆਏ ਨੇ ਜੀ ਪੰਜਾਬੀ ਤੇ ਜੀਕੇ ਨਾਲ ਰਿਲੇਟਡ ਸੋ ਆਪਾਂ ਉਹ ਜਿਹੜਾ ਪੇਪਰ ਆ ਉਹ ਹੱਲ ਵੀ ਕਰਵਾਤਾ ਸਾਰਾ ਸੋ ਇਹਦੇ ਵਿੱਚ ਕੋਈ ਡਾਊਟ ਨਹੀਂ ਹੁਣ ਜਿਹੜੀ ਪੰਜਾਬ ਗਵਰਨਮੈਂਟ ਆ ਉਹਨੇ ਨਵਾਂ ਰੂਲ ਕੀਤਾ ਵਾ ਕਿ ਹਰੇਕ ਸਰਕਾਰੀ ਪੇਪਰ ਦੇ ਨਾਲ 50 ਨੰਬਰ ਦਾ ਪੰਜਾਬੀ ਦਾ ਪੇਪਰ ਆਇਆ ਕਰਨਾ ਠੀਕ ਹੈ ਜੀ ਸੋ ਪਹਿਲਾਂ ਜਿਹੜੇ ਬੱਚੇ ਪੇਪਰ ਦਿੰਦੇ ਸੀ ਪਹਿਲਾਂ ਨਹੀਂ ਆਉਂਦਾ ਸੀਗਾ ਇਹ ਹੁਣੇ ਹੀ ਰੂਲ ਸਟਾਰਟ ਹੋਇਆ ਸੋ ਇਸ ਕਰਕੇ ਕਿਸੇ ਡਾਊਟ ਦੇ ਵਿੱਚ ਨਾ ਰਹੋ ਇਹ ਕੁਐਸਚਨ ਆਉਣਗੇ ਇਹਨਾਂ ਦੇ ਵਿੱਚੋਂ ਸੋ ਨੰਬਰ 1 ਤੇ ਆਪਾਂ ਦੇਖਦੇ ਹਾਂ ਜੀ ਫਰਸਟ ਕੁਐਸਚਨ ਹੈ ਆਪਣਾ ਅੱਜ ਦਾ ਨਾਮ ਕਿੰਨੀਆਂ ਕਿਸਮਾਂ ਦੇ ਹੁੰਦੇ ਹਨ ਜਾਂ ਨਾਮ ਆ ਜਿਹੜੇ ਉਹ ਕਿੰਨੀ ਤਰ੍ਹਾਂ ਦੇ ਹੁੰਦੇ ਆ ਸਭ ਤੋਂ ਪਹਿਲਾਂ ਤਾਂ ਨਾਮ ਹੁੰਦੇ ਕੀ ਆ ਨਾਮ ਉਹ ਹੁੰਦੇ ਆ ਜਿਹੜੇ ਕਿਸੇ ਵਿਸ਼ੇਸ਼ ਮਤਲਬ ਹੀ ਸਥਾਨ ਲਈ ਜਾਂ ਕਿਸੇ ਨਾਮ ਲਈ ਜਾਂ ਕਿਸੇ ਚੀਜ਼ ਲਈ ਵਰਤੇ ਜਾਂਦੇ ਉਹਨਾਂ ਨੂੰ ਨਾਮ ਕਿਹਾ ਜਾਂਦਾ ਠੀਕ ਹੈ ਜੀ ਨਾਮ ਕਿੰਨੀਆਂ ਕਿਸਮਾਂ ਦੇ ਹੁੰਦੇ ਆ ਤਾਂ ਆਪਸ਼ਨ ਇਹ ਆ ਤੁਹਾਡੇ ਕੋਲੇ ਊੜਾ 5 ਆੜਾ 3 ਈੜੀ 4 ਜਾਂ ਸ 6 ਸੋ ਇਸ ਕੁਐਸਚਨ ਦਾ ਜਿਹੜਾ ਆਪਣਾ ਰਾਈਟ ਆਨਸਰ ਹੋ ਜੂਗਾ ਜੀ ਉਹ ਹੋ ਜੂਗਾ ਊੜਾ ਜਿਹੜੇ ਨਾਮ ਹੁੰਦੇ ਆ ਨਾਮ ਹੁੰਦੇ ਆ ਇਹ ਪੰਜ ਤਰ੍ਹਾਂ ਦੇ ਹੁੰਦੇ ਆ ਠੀਕ ਹੈ ਜੀ ਆਮ ਨਾਮ ਖਾਸ ਨਾਮ ਠੀਕ ਹੈ ਤੇ ਡਿਟੇਲ ਆ ਜਿਹੜੀ ਉਹ ਵੀ ਆਪਾਂ ਡਿਟੇਲ ਦੇ ਵਿੱਚ ਨਾਮ ਤੇ ਇੱਕ ਵੀਡੀਓ ਕਰ ਦਵਾਂਗੇ ਨੈਕਸਟ ਵੀਡੀਓਜ਼ ਦੇ ਵਿੱਚ ਸੋ ਤੁਸੀਂ ਚੈਨਲ ਦੇ ਨਾਲ ਅਪਡੇਟ ਰਹੋ ਸੋ ਦੂਸਰਾ ਕੁਐਸਚਨ ਹੈ ਆਪਾਂ ਦੇਖ ਲੈਣੇ ਆ ਜੀ ਕਪਤਾਨ ਸ਼ਬਦ ਨਾਮ ਦੀ ਕਿਹੜੀ ਕਿਸਮ ਹੈ ਕਪਤਾਨ ਸ਼ਬਦ ਨਾਮ ਦੀ ਕਿਹੜੀ ਕਿਸਮ ਹੈ ਤਾਂ ਆਪਸ਼ਨ ਨੇ ਤੁਹਾਡੇ ਕੋਲੇ ਊੜਾ ਖਾਸ ਨਾਮ ਅੜਾ ਆਮ ਨਾਮ ਈੜੀ ਵਸਤੂਵਾਚਕ ਨਾਮ ਸਸਾ ਇਕੱਠ ਵਾਚਕ ਨਾਮ ਸੋ ਇਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਰਾਈਟ ਆਨਸਰ ਹੋਣਾ ਵਾ ਕਪਤਾਨ ਸ਼ਬਦ ਆ ਜਿਹੜਾ ਇਹ ਨਾਮ ਦੀ ਕਿਹੜੀ ਕਿਸਮ ਹੈ ਤਾਂ ਤੁਹਾਡਾ ਰਾਈਟ ਆਨਸਰ ਹੋ ਜਾਊਗਾ ਜੀ অপਸ਼ਨ ਆੜਾ ਇਹ ਇੱਕ ਆਮ ਨਾਮ ਆ ਠੀਕ ਹੈ ਸੋ ਇੱਥੇ ਆਪਾਂ ਗੱਲ ਕਰਦੇ ਸੀ ਕਿ ਆਮ ਨਾਮ ਕਿੰਨੀ ਤਰ੍ਹਾਂ ਦੇ ਹੁੰਦੇ ਆ ਨਾਮ ਹੁੰਦੇ ਆ ਜੀ ਪੰਜ ਤਰ੍ਹਾਂ ਦੇ ਸੋ ਇਹਨਾਂ ਦੇ ਆਨਸਰ ਵੀ ਆਪਾਂ ਨੂੰ ਮਿਲ ਗਏ ਤੁਸੀਂ ਦੇਖ ਸਕਦੇ ਹੋ ਨੰਬਰ 1 ਆਮ ਨਾਮ ਨੰਬਰ 2 ਖਾਸ ਨਾਮ ਨੰਬਰ 3 ਵਾਸਤੂਵਾਚਕ ਨਾਮ ਠੀਕ ਹੈ ਜੀ ਨੰਬਰ 4 ਇਕਾਠਵਾਚਕ ਨਾਮ ਤੇ ਨੰਬਰ 5 ਜਾਤੀਵਾਚਕ ਨਾਮ ਠੀਕ ਹੈ ਜੀ ਸੋ ਜਿਹੜੇ ਨਾਮ ਨੇ ਇਹ ਪੰਜ ਤਰ੍ਹਾਂ ਦੇ ਹੁੰਦੇ ਆ ਤੁਸੀਂ ਨੋਟ ਵੀ ਕਰ ਸਕਦੇ ਹੋ ਇਹ ਪੰਜ ਹੀ ਆਨਸਰ ਆਪਾਂ ਨੂੰ ਮਿਲ ਗਏ ਠੀਕ ਹੈ ਇਸੇ ਵੀਡੀਓ ਦੇ ਵਿੱਚ ਸੋ ਨੈਕਸਟ ਆਪਾਂ ਦੇਖਦੇ ਆ ਜੀ ਅਗਲਾ ਕੁਐਸਚਨ ਨੰਬਰ 3 ਜਲੰਧਰ ਨਾਮ ਦੀ ਕਿਹੜੀ ਕਿਸਮ ਹੈ ਪਹਿਲਾਂ ਕਪਤਾਨ ਪੁੱਛਿਆ ਸੀ ਉਹ ਆਮ ਨਾਮ ਸੀ ਹੁਣ ਜਲੰਧਰ ਪੁੱਛਿਆ ਵੀ ਜਲੰਧਰ ਆ ਜਿਹੜਾ ਨਾਮ ਹੈ ਇਹ ਜਲੰਧਰ ਸ਼ਬਦ ਹੈ ਇੱਕ ਇਹ ਨਾਮ ਦੀ ਕਿਹੜੀ ਕਿਸਮ ਆ ਤਾਂ ਊੜਾ ਆਪਸ਼ਨ ਆ ਤੁਹਾਡਾ ਜਾਤੀ ਨਾਮ ਆ ਇਹ ਆੜਾ ਇਕਾਠਵਾਚਕ ਨਾਮ ਈੜੀ ਖਾਸ ਨਾਮ ਜਾਂ ਸਸਾ ਵਸਤੂਵਾਚਕ ਨਾਮ ਸੋ ਜਿਹੜਾ ਇਹ ਕੁਐਸਚਨ ਹੈ ਇਸ ਦਾ ਆਨਸਰ ਹੋਵੇਗਾ ਜੀ ਆਪਸ਼ਨ ਨੰਬਰ ਸੌਰੀ ਆਪਸ਼ਨ ਨੰਬਰ ਈੜੀ ਜਿਹੜਾ ਜਲੰਧਰ ਆ ਇਹ ਖਾਸ ਨਾਮ ਆ ਕਿਉਂਕਿ ਇਹ ਇੱਕ ਖਾਸ ਪਾਰਟਿਕੂਲਰ ਥਾਂ ਦਾ ਨਾਮ ਆ ਸੋ ਇਸ ਕਰਕੇ ਇਸ ਨੂੰ ਖਾਸ ਨਾਮ ਦੀ ਕੈਟਾਗਰੀ ਦੇ ਵਿੱਚ ਆਪਾਂ ਕਾਊਂਟ ਕਰਾਂਗੇ ਜਲੰਧਰ ਲੁਧਿਆਣਾ ਬਠਿੰਡਾ ਜਿਹੜਾ ਕੋਈ ਖਾਸ ਹੋਵੇ ਕਿਸੇ ਮਤਲਬ ਪੱਕਾ ਨਾਮ ਹੋਵੇ ਤਾਂ ਉਸ ਨੂੰ ਆਪਾਂ ਖਾਸ ਨਾਮ ਕਹਿ ਦਿੰਨੇ ਆ ਨੈਕਸਟ ਅਗਲਾ ਕੁਐਸਚਨ ਹੈ ਕੁਐਸਚਨ ਨੰਬਰ 4 ਟੀਮ ਨਾਮ ਦੀ ਕਿਹੜੀ ਕਿਸਮ ਹੈ ਸੋ ਆਪਸ਼ਨ ਨੇ ਤੁਹਾਡੇ ਕੋਲੇ ਊੜਾ ਆਮ ਨਾਮ ਆੜਾ ਵਸਤੂਵਾਚਕ ਨਾਮ ਈੜੀ ਭਾਵਾਚਕ ਨਾਮ ਇਆ ਸੱਸਾ ਇਕਾਠਵਾਚਕ ਨਾਮ ਸੋ ਜਿਹੜਾ ਟੀਮ ਆ ਟੀਮ ਕਿਹਨੂੰ ਰਿਪਰੈਜ਼ੈਂਟ ਕਰਦਾ ਯੂਨਿਟੀ ਨੂੰ ਠੀਕ ਹੈ ਜੀ ਸੋ ਯੂਨਿਟੀ ਮਤਲਬ ਇੱਕ ਟੀਮ ਆ ਟੀਮ ਦੇ ਵਿੱਚ ਬਹੁਤ ਸਾਰੇ ਕਿਸੇ ਟੀਮ ਚ 10 ਪਲੇਅਰ ਵੀ ਹੁੰਦੇ ਆ 11 ਵੀ ਹੁੰਦੇ ਆ ਠੀਕ ਹੈ ਜੀ 5 ਵੀ ਹੁੰਦੇ ਆ ਸੋ ਇਸ ਕਰਕੇ ਇਹ ਇੱਕ ਸੰਗ੍ਰਹਿ ਕਹਿ ਸਕਦੇ ਆ ਆਪਾਂ ਵੀ ਸੋ ਇਹ ਸਾਰਾ ਰਾਈਟ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਸ ਸ ਇਕਾਠਵਾਚਕ ਨਾਮ ਤੁਸੀਂ ਸਮਝ ਗਏ ਹੋਵੋਗੇ ਸੋ ਹੁਣ ਆਪਾਂ ਦੇਖਦੇ ਆਂ ਅਗਲਾ ਨੈਕਸਟ ਕੁਐਸਚਨ 5 ਨੰਬਰ ਤੇ ਕੁਐਸਚਨ ਹੈ ਜੀ ਕਣਕ ਨਾਮ ਦੀ ਕਿਹੜੀ ਕਿਸਮ ਹੈ ਉੜਾ ਵਸਤੂਵਾਚਕ ਨਾਮ ਆੜਾ ਭਾਵਵਾਚਕ ਨਾਮ ਈੜੀ ਆਮ ਨਾਮ ਸ ਸ ਇਕਾਠਵਾਚਕ ਨਾਮ ਸੋ ਜਿਹੜੀ ਖਣਕਿਆ ਇਹ ਨਾਮ ਦੀ ਕਿਹੜੀ ਕਿਸਮ ਆ ਸੋ ਇਹ ਇੱਕ ਚੀਜ਼ ਦਾ ਪਾਰਟਿਕੂਲਰ ਵਸਤੂ ਦਾ ਨਾਮ ਆ ਸੋ ਇਸ ਕਰਕੇ ਇਹਦਾ ਆਨਸਰ ਹੋਊਗਾ ਜੀ ਊੜਾ ਵਸਤੂਵਾਚਕ ਨਾਮ ਜੀ ਥੋੜੀ ਜੀ ਵੀਡੀਓ ਹਿੱਲ ਗਈ ਸੀਗੀ ਚਲੋ 6 ਨੰਬਰ ਕੁਐਸਚਨ ਆਪਾਂ ਦੇਖਦੇ ਆ ਪਿਆਰ ਨਾਮ ਦੀ ਕਿਹੜੀ ਕਿਸਮ ਹੈ ਹਾਂਜੀ ਪਿਆਰ ਨਾਮ ਦੀ ਕਿਹੜੀ ਕਿਸਮ ਆ ਤਾਂ ਊੜਾ ਆਮ ਨਾਮ ਆੜਾ ਵਸਤੂਵਾਚਕ ਨਾਮ ਈੜੀ ਭਾਵਵਾਚਕ ਨਾਮ ਸਸਾ ਇਕੱਠ ਵਾਚਕ ਨਾਮ ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਰਾਈਟ ਆਨਸਰ ਹੋਣਾ ਆ 6 ਨੰਬਰ ਕੁਐਸਚਨ ਦਾ ਤਾਂ ਤੁਹਾਡਾ ਹੈਗਾ ਜੀ ਈੜੀ ਭਾਵਵਾਚਕ ਨਾਮ ਸੋ ਮਤਲਬ ਇਹਦਾ ਭਾਵ ਜਿਆ ਦੱਸਦਾ ਇਹ ਸੋ ਇਸ ਕਰਕੇ ਵਾਚਕ ਨਾਮ ਹੋ ਗਿਆ ਸੋ ਇੱਥੇ ਇੱਕ ਕਨਫਿਊਜ਼ਨ ਹੋ ਗਈ ਆਪਾਂ ਹੁਣੇ ਕਲੀਅਰ ਕਰ ਦਿੰਨੇ ਆ ਨੈਕਸਟ ਵੀਡੀਓ ਤੱਕ ਜਾਣ ਦੀ ਲੋੜ ਨਾ ਪਵੇ ਸੋ ਜਿਹੜੀਆਂ ਨਾਮ ਦੀਆਂ ਆਪਾਂ ਕਿਸਮਾਂ ਦੇਖੀਆਂ ਸੀਗੀਆਂ ਊੜਾ ਆਮ ਨਾਮ ਆੜਾ ਖਾਸ ਨਾਮ ਈੜੀ ਵਸਤੂਵਾਚਕ ਨਾਮ ਸਸਾ ਇਕਾਠ ਵਾਚਕ ਨਾਮ ਤੇ ਉਸ ਤੋਂ ਬਾਅਦ ਆਪਾਂ ਜਾਤੀ ਨਾਮ ਕਿਹਾ ਸੀ ਆਹਾ ਇਹਨੂੰ ਕੱਟ ਕੇ ਇਦੀ ਥਾਂ ਤੇ ਭਾਵਾਚਕ ਨਾਮ ਹੋਊਗਾ ਪੰਜਵਾਂ ਠੀਕ ਹੈ ਜੀ ਸੋ ਜਾਤੀ ਨਾਮ ਨੇ ਭਾਵਾਚਕ ਨਾਮ ਨੂੰ ਨੋਟ ਕਰ ਲਓ ਇਹ ਪੰਜ ਕਿਹੜੇ ਕਿਹੜੇ ਆਮ ਨਾਮ ਖਾਸ ਨਾਮ ਵਸਤੂਵਾਚਕ ਨਾਮ ਇਕਾਠਵਾਚਕ ਨਾਮ ਭਾਵਾਚਕ ਨਾਮ ਠੀਕ ਹੈ ਸੋ ਇਸ ਦੇ ਨਾਲ ਹੀ ਜਿਹੜੀ ਆਪਣੀ ਇਹ ਅੱਜ ਦੀ ਵੀਡੀਓ ਹੈ ਸਮਾਪਤ ਹੁੰਦੀ ਹੈ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਇਸੇ ਤਰ੍ਹਾਂ ਨਵੀਆਂ-ਨਵੀਆਂ ਤੇ ਲੇਟੈਸਟ ਵੀਡੀਓਾਂ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ ਆਪਾਂ ਪੜਨਾਮ ਬਾਰੇ ਪੜਦੇ ਆਂ ਪੜਨਾਮ ਬਾਰੇ ਕਰਾਂਗੇ ਸੋ ਉਹ ਵੀਡੀਓ ਵੀ ਦੇਖਣੀ ਨਾ ਭੁੱਲਿਓ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ